ਨੂੰ ਪੰਜਾਬ ਵਿੱਚ ਹਰਾ ਕੇ ਭੇਜਾਂਗੇ, ਹਰਾ ਕੇ ਭੇਜਾਂਗੇ, ਹਰਾ ਕੇ ਭੇਜਾਂਗੇ। ਭਾਜਪਾ ਨੂੰ ਪੰਜਾਬ ਚੋਂ ਹਰਾ ਕੇ ਭੇਜਾਂਗੇ, ਹਰਾ ਕੇ ਭੇਜਾਂਗੇ, ਹਰਾ ਕੇ ਭੇਜਾਂਗੇ। ਕਿਸਾਨਾਂ ਦੇ ਕਾਤਲ ਮੋਦੀ ਸਰਕਾਰ ਦੇ ਲੀਡਰ ਮੁਰਦਾ ਬੋਲ, ਮੁਰਦਾ ਬੋਲ, ਮੁਰਦਾ ਬੋਲ। ਕਿਸਾਨਾਂ ਦੇ ਕਾਤਲ ਮੁਰਦਾ ਬੋਲ, ਮੁਰਦਾ ਬੋਲ, ਮੁਰਦਾ ਬੋਲ। ਕਿਸਾਨਾਂ ਦੇ ਕਾਤਲ ਜ਼ਿੰਦਾ ਬੋਲ, ਜ਼ਿੰਦਾ ਬੋਲ, ਜ਼ਿੰਦਾ ਬੋਲ। ਕਿਸਾਨਾਂ ਦੇ ਕਾਤਲ ਜ਼ਿੰਦਾ ਬੋਲ, ਜ਼ਿੰਦਾ ਬੋਲ, ਜ਼ਿੰਦਾ ਬੋਲ। ਜਥੇਬੰਦੀਆਂ ਦਾ ਇੱਕ ਜ਼ਿੰਦਾ ਬਾਦ, ਜ਼ਿੰਦਾ ਬਾਦ, ਜ਼ਿੰਦਾ ਬਾਦ। ਭਾਜਪਾ ਦਾ ਲੀਡਰ ਮੁਰਦਾ ਬਾਦ, ਮੁਰਦਾ ਬਾਦ, ਮੁਰਦਾ ਬਾਦ। ਜ਼ਿੰਦਾ ਬਾਦ, ਜ਼ਿੰਦਾ ਬਾਦ, ਜ਼ਿੰਦਾ ਬਾਦ। ਕਿਸਾਨਾਂ ਦਾ ਇੱਕ ਜ਼ਿੰਦਾ ਬਾਦ, ਜ਼ਿੰਦਾ ਬਾਦ, ਜ਼ਿੰਦਾ ਬਾਦ। ਭਾਜਪਾ ਦਾ ਲੀਡਰ ਮੁਰਦਾ ਬਾਦ, ਮੁਰਦਾ ਬਾਦ, ਮੁਰਦਾ ਬਾਦ। ਭਾਜਪਾ ਦਾ ਲੀਡਰ ਮੁਰਦਾ ਬਾਦ, ਮੁਰਦਾ ਬਾਦ, ਮੁਰਦਾ ਬਾਦ। ਕਿਸਾਨਾਂ ਦੇ ਕਾਤਲ ਭਾਜਪਾ ਦਾ ਲੀਡਰ ਮੁਰਦਾ ਬਾਦ, ਮੁਰਦਾ ਬਾਦ। ਮਾੜੀ ਜੀ ਕਾਰਜ ਪਤਾ ਲੱਗਾ, ਸਾਰੀਆਂ ਜਥੇਬੰਦੀਆਂ ਜਿੱਦਾਂ ਪਹਿਲਾਂ ਵੀ ਕਹਿੰਦੇ ਆ ਕਿ ਸਾਡੀ ਝੰਡਿਆਂ ਦੇ ਰੰਗ ਵੱਖਰੇ ਵੱਖ ਹੋ ਸਕਦੇ ਆ, ਪਰ ਡੰਡੇ ਸਾਡੇ ਇੱਕ ਹੀ ਆ। ਅੱਜ ਕਿਹੜੇ ਕਿਸਾਨ ਆਪਾਂ ਜੋ ਬੀਜੇਪੀ ਦੇ ਲੀਡਰ ਰੈਲੀ ਕਰਨ ਆਏ ਨਾ, ਉਹਦੇ ਵਿਰੋਧ ਕਰਾਂਗੇ, ਕਿਉਂਕਿ ਜਿੰਨੇ ਚਿਰ ਸਾਡਾ ਬਣਦਾ ਹੱਕ ਇਨਸਾਫ ਦੀ ਗੱਲ ਜਿਹੜੀ ਚੱਲਦੀ ਪਈ ਆ ਤੇ ਉਹਨੂੰ ਸਾਨੂੰ ਹੱਕ ਨੀ ਮਿਲਦੇ, ਉਹਨਾਂ ਚਿਰ ਇਹਨਾਂ ਨੇ ਡਟ ਕੇ ਇਤਨਾ ਹੀ ਵਿਰੋਧ ਕਰਦੇ ਰਹਾਂਗੇ, ਪਿੰਡਾਂ ਚ ਇਹਨਾਂ ਦਾ ਇਤਨਾ ਬਾਈਕਾਟ ਕਰਾਂਗੇ, ਕਿਉਂਕਿ ਜੇ ਸਾਨੂੰ ਦਿੱਲੀ ਜਾਣ ਤੋਂ ਇਹ ਰੋਕ ਸਕਦੀਆਂ ਸਰਕਾਰਾਂ ਤੇ ਅਸੀਂ ਵੀ ਆਪਣੇ ਪਿੰਡਾਂ ਚ ਵੜ ਕੇ ਇਹਨਾਂ ਨੂੰ ਰੋਕ ਸਕਦੇ ਹਾਂ, ਇਹ ਸਾਡਾ ਹੱਕ ਬਣਦਾ ਵਾ। ਅੱਜ ਸਾਡੀ ਲੜਾਈ ਜਿਹੜੀ ਆ ਅੱਜ ਬੀਜੇਪੀ ਸਰਕਾਰ ਨਾਲ ਬਣੀ ਆ, ਅੱਜ ਹੋਣ ਦੀ ਲੜਾਈ ਆ ਸਾਡੀ, ਸਾਡੇ ਬੱਚਿਆਂ ਦੀ ਲੜਾਈ ਆ, ਕਿਉਂਕਿ ਇਹ ਕਾਤਲ ਸਰਕਾਰ ਆ ਸਾਡੀ, ਗੋਲੀਆਂ ਮਾਰ ਮਾਰ ਕੇ ਇਹਨਾਂ ਨੇ ਸ਼ਹੀਦ ਕੀਤੇ ਸਾਡੇ ਵੀਰ ਤੇ ਸਾਡੇ ਖਨੌਰੀ ਬਾਰਡਰ ਦੇ ਆਣ